ਮੇਰੀ ਨਾ ਇੱਕ ਜਗ੍ਹਾ ਤੇ ਪੇਮੈਂਟ ਫਸ ਗਈ, ਪਤਾ ਨੀ ਕਦੋਂ ਨਿਕਲੂ। ਉਹ ਕਿੱਥੇ ਫਸ ਗਈ ਬਾਈ? ਉਹ ਯਾਰ ਰੁਪਈਏ ਦਾ ਠੀਪਾ ਅੰਦਰ ਲੰਘ ਗਿਆ, ਡਰ ਲੱਗੀ ਜਾਂਦਾ ਵੀ ਕਦੋਂ ਨਿਕਲੂ। ਓਹੋ ਕੌਣ ਤੇ ਆਉਂਦੀ ਹੈ? ਆਪਣੇ ਪਿੰਡ ਦੇ ਤਾਂ ਹੈ ਨਹੀਂ ਇਹ। ਕੋਈ ਨਹੀਂ ਬੰਨੇ ਬਾਈ, ਹੁਣੇ ਪੁੱਛ ਲੈਨੇ ਆ। ਸੱਚੀ ਗੱਲ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਬਾਈ ਕਮਰਾ ਚਾਹੀਦਾ ਸੀ ਕਿਰਾਏ ਤੇ ਮਿਲ ਜੂ? ਕਮਰਾ ਇੱਥੇ ਪਿੰਡ 'ਚ? ਹਾਂਜੀ। ਤੁਸੀਂ ਬਾਹਰੋਂ ਆਏ ਲੱਗਦੇ ਹੋ। ਹਾਂਜੀ ਬਾਹਰੋਂ ਆਏ। ਕਮਰਾ ਕਿਰਾਏ ਤੇ ਜੀਤ ਗਿਆ ਹੋਇਆ ਬਜ਼ਾਰ, ਉਹਦੇ ਵਾਲਾ ਕਮਰਾ ਕਹਿ ਦਿੰਦੇ ਨੂੰ ਸਚਾਈ ਤਾਰਾ ਹੋਟਲ ਤੇ 1000 ਰੁਪਈਆ ਲਵਾਂਗੇ। 1000 ਦੇ ਲਵਾਂਗੇ ਡਿਵਾਈਡ ਜੇ ਆਪਣਾ। ਹਾਂਜੀ ਹਾਂਜੀ, 27 ਤਾਰਾ ਹੋਟਲ ਹੈਗਾ, ਕੋਈ ਗੱਲ ਨੀ, ਪਰ 1000 ਰੁਪਈਆ ਲੱਗੂਗਾ। ਨਹੀਂ ਪੈਸੇ ਜਿੰਨੇ ਮਰਜ਼ੀ। 1000 ਰੁਪਈਏ ਦੋਟੇ ਆਪਣਾ ਜੀ। ਦਫਾ ਕਿੰਨੇ ਵਜੇ ਹੋਵੋਗੇ? ਮੇਰਾ ਮਤਲਬ ਜੀ ਉਹਨੂੰ ਕੀ ਕਹਿ ਦਿੰਦੇ ਆ, ਆਪਣਾ ਚੈੱਕ ਆਊਟ ਕਿੰਨੇ ਵਜੇ ਕਰੋਗੇ? 8 ਵਜੇ ਕਰ ਜਾਂਗੇ ਜੀ। 8 ਵਜੇ ਠੀਕ ਹੈ, ਤੂੰ ਇੱਥੇ ਬੈਠੀ, ਮੈਂ ਆਉਣਾ। ਆ ਜਾਓ ਜੀ, ਆ ਜਾਓ, ਆ ਜਾਓ, ਪਲੀਜ਼ 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 ਜੀ। ਵਧੀਆ ਰਹੇ ਯਾਰ ਅੱਜ ਵੀ, ਬਹੁਤ ਵਧੀਆ ਸਾਰਾ ਵਧੀਆ ਰਿਹਾ। ਚਲੋ ਫਿਰ ਐਂ ਕਰੋ, ਜੇ ਆ ਚੱਕੋ ਦਾਰੂ ਤੇ ਲਓ ਨਜ਼ਾਰੇ ਪੂਰੇ ਫੁੱਲ। ਉਹ ਨਾ ਨਾ ਭਾਈ, ਪੈਗ ਬੁੱਕ ਨਹੀਂ ਲਾਉਣਾ। ਨਹੀਂ ਨਹੀਂ ਯਾਰ, ਆਹ ਕੀ ਗੱਲ ਬਣੀ ਯਾਰ, ਲਾਓ ਯਾਰ ਪੈਗ। ਉਹ ਨਹੀਂ ਨਹੀਂ ਬਾਈ, ਪੈਗ ਕਿੱਥੇ ਲਾਉਣਾ ਬਾਈ ਯਾਰ। ਉਹ ਯਾਰ ਲਾ ਤਲਵਿੰਦਰ ਯਾਰ, ਕਾਹਦੇ ਯਾਰ। ਨਹੀਂ ਯਾਰ ਬਾਈ, ਮੈਨੂੰ ਤੁਹਾਡੀ ਭਾਬੀ ਨੇ ਮਨਾ ਕੀਤਾ ਹੈ, ਜਿੱਦਣ ਪੈਗ ਚੱਕ ਲਿਆ ਉਹ ਕਹਿੰਦੀ ਮੈਨੂੰ ਰੱਬ ਨੇ ਚੱਕ ਲੈਣਾ ਉੱਤੇ। ਬੜਾ ਪਿਆਰ ਕਰਦਾ ਭਰਾਵਾ ਯਾਰ, ਬਣਨੀ ਨੀ ਗੱਲ ਆਪਣੀ ਭਾਜੀ, ਲਾਣਾ ਹੀ ਨੀ। ਜਸੂ ਤਾਂ ਲਾ ਨਾ ਬਾਈ, ਮੈਨੂੰ ਤਾਂ ਦੂਰ ਹੀ ਰੱਖੋ, ਤੂੰ ਘਬਰਾਹਟ ਹੋਣ ਲੱਗ ਜਾਂਦੀ ਆ ਦੇਖ ਕੇ ਯਾਰ। ਮੈਂ ਤਾਂ ਲਵ ਗੁਰੂ ਦਾ ਨਾਮ ਲਿਆ ਯਾਰ ਹੁਣ। ਤੂੰ ਕਿਹੜੇ ਵੇਲੇ ਲਵ ਗੁਰੂ ਦਾ ਨਾਮ ਲਿਆ? ਪਰਸੋਂ ਬਾਈ ਪਾਉਂਦੀ ਮੈਨੂੰ ਜ਼ਹਿਰ ਪਿਆ, ਤੂੰ ਪਰਾਹ ਨਹੀਂ ਪੀਣੀ। ਮਾਮੇ ਹਾਂਜੀ, ਤੂੰ ਤਾਂ ਪਾ ਲਾ ਯਾਰ। ਉਹ ਨਹੀਂ ਬਾਈ ਯਾਰ, ਪਤਾ ਗੱਲ ਕੀ ਆ ਵੀ ਤੇਰੀ ਭਾਬੀ ਨੇ ਵੀ ਮਨਾ ਕੀਤਾ ਹੋਇਆ, ਤੇ ਉੱਤੋਂ ਤੈਨੂੰ ਪਤਾ ਵੀ ਡਾਕਟਰ ਨੇ ਵੀ ਮਨਾ ਕੀਤਾ, ਉਹ ਕਹਿੰਦਾ ਵੀ ਯਾਰ ਤੇਰਾ ਲੀਵਰ ਖਰਾਬ ਹੋ ਜਾਣਾ ਵਾ, ਤੇ ਮੈਂ ਸੋਚਣਾ ਵੀ ਜੇ ਦਾਰੂ ਨਾਲ ਆਪਾਂ ਗੱਲਾਂ ਚਾਰ ਕਰ ਲਈ ਸਭ ਤੋਂ ਬੈਟਰ ਕਰ ਲਈ। ਗੱਲਾਂ ਕਰ ਲਈ ਹੈ ਵੀ ਗੱਲਾਂ ਕਰਨੀਆਂ ਨੇ, ਗੱਲਾਂ ਕਰਨੀਆਂ ਬਾਈ। ਦਾਰੂ ਨਹੀਂ ਪੀਣੀ? ਨਾ ਨਾ ਨਾ, ਪੱਕੀ ਗੱਲ ਆ? ਉਹ ਨਹੀਂ, ਪੱਕੀ ਗੱਲ ਆ ਬਾਈ। ਉਹ ਚਾ ਯਾਰ, ਮੈਂ ਤਾਂ ਉਹਦੇ ਯਾਰ ਪਾਵਨ ਨੂੰ ਫੋਨ ਕਰਦਾ, ਉਹੀ ਦਾਰੂ ਪੀਊਗਾ ਮੇਰੇ ਨਾਲ, ਉਹਨੇ ਕਦੇ ਜਵਾਬ ਨਹੀਂ ਦਿੱਤਾ। ਰਹਿਣ ਦੇ ਬਾਈ, ਪਾਵਨ ਨੂੰ ਫੋਨ ਲਾਉਣ ਨੂੰ ਆਪਾਂ ਹੈਗੇ, ਆਪਾਂ ਲਵਲੀ ਲਵਲੀ ਲਾ ਲੈਂਦੇ ਆ। ਪੱਕੀ ਗੱਲ ਆ? ਹਾਂ ਯਾਰ, ਲਵਲੀ ਲਵਲੀ ਲਾ ਲੈਂਦੇ ਆ। ਆ ਬੜੀ ਨਾ ਗੱਲ ਨਹੀਂ, ਲਵਲੀ ਲਾਣਾ ਭਰਾ ਨਾ, ਲਵਲੀ ਆਪਾਂ ਲਵਲੀ ਲਵਲੀ ਲਾ ਲੈਂਦੇ ਆ। ਉਹ ਗੱਟੂ ਜਾਲੇ ਅਮਰੀ ਖੰਡ ਚੱਕ ਕੇ ਸਮਾਨ ਸਮੋ ਨਾ, ਖਾਰਾ ਖੁਰਾ ਸਹੀ ਗੱਲ ਆ। ਮਹਿੰਗੀ ਦਾਰੂ ਇੰਨੀ ਛੇਤੀ ਨਸ਼ਾ ਨੀ ਕਰਦੀ ਹੁੰਦੀ, ਪਾਓ ਯਾਰ ਲੈ ਲਓ। ਲੈ ਵੀ ਮਾਮਾ ਫਿਰ ਸੁਣਾ ਦੇ ਕੋਈ ਗਾਣਾ। ਸੁਣਾਉਣਾ ਬਾਈ ਸੁਣਾਉਣਾ। ਲਾ ਕੇ ਤਿੰਨ ਪੈਗ ਵੱਲੀਏ, ਤਿੰਗੜੇ ਗੰਦੀ ਦੀ ਡਿੱਗੀ ਖੋਲ ਕੇ ਨੀ ਲਾ ਕੇ ਤਿੰਨ ਪੈਗ ਵੱਲੀਏ। ਕਿੰਨਾ ਰੋਲਾ ਪੈ ਰਿਹਾ, ਇੱਕ ਮਿੰਟ ਮੈਂ ਦੇਖਦਾ। ਮੈਂ ਵੀ ਚਾਲੀ ਨਾਲ। ਬਾਬੇ ਮਹਿਫਲ ਬਹੁਤ ਵਧੀਆ ਬਣ ਗਈ ਆ, ਐ ਕਰੋ ਇੱਕ ਇੱਕ ਪੈਗ ਲਾਓ, ਆਪਾਂ ਚੱਲਦੇ ਹਿੱਲ ਏਰੀਏ 'ਚ। ਯਾਰ ਬਾਈ ਮੈਂ ਨਹੀਂ ਜਾਣਾ ਹੈਗਾ ਤੁਹਾਡੇ ਨਾਲ। ਕਿਉਂ? ਤੁਹਾਡੀ ਭਾਬੀ ਗੁੱਸਾ ਕਰੂਗੀ, ਨਾਲੇ ਤੁਹਾਡਾ ਤਾਂ ਅਗਲਾ ਪੈਗ ਲਾ ਕੇ ਉੱਦੇ ਤੇ ਹਿੱਲੇ ਬਣ ਜਾਣਾ ਹੈ। ਬਾਈ ਇੱਕ ਗੱਲ ਹੋਰ ਦੱਸਾਂ, ਤੂੰ ਹੈਗਾ ਕੁਵਾਰਾ?
ਜੰਗਲ ਦਾ ਸ਼ੇਰ ਹੁਣ ਤਾਂ ਬਾਈ ਮੈਂ ਸਰਕ ਦਾ ਸ਼ੇਰ ਰਹਿ ਗਿਆ ਤੈਨੂੰ ਸਹੀ ਗੱਲ ਸੁਣਾ ਯਾਰ ਮੇਰੀ ਘਰ ਵਾਲੀ ਬਾਈਰ ਭਾਣੇ ਮੈਥੋਂ ਦਬਾਉਂਦੀ ਆ ਬਾਈ ਯਾਰ ਪੋਚੇ ਮੈਥੋਂ ਲਵਾਉਂਦੀ ਆ ਬਾਈ ਇੱਥੋਂ ਤੱਕ ਆਪਣੇ ਸੂਟ ਪਿੱਤਰ ਪਿੱਤਰ ਮੈਥੋਂ ਦਬਾਉਂਦੀ ਆ ਬਾਈ ਯਾਰ ਦੇਖੀ ਗੱਡੂ ਕੌਣ ਕੌਣ ਹੈ ਉਹ ਬਾਈ ਪੈ ਜਾਓ ਯਾਰ ਅਸੀਂ ਵੀ ਪੈਣਾ ਯਾਰ ਅਸੀਂ ਵੀ ਰੈਸਟ ਕਰਨੀ ਆ ਥੱਲੇ ਹਾਕਾ ਮਾਰੀ ਜਾਂਦਾ ਬੰਦਾ ਯਾਰ ਕੌਣ ਹੈ ਪਤਾ ਨੀ ਕੌਣ ਆਇਓ ਓਏ ਯਾਰ ਕਰਦੇ ਗੱਲ ਇੱਕ ਮਿੰਟ ਯਾਰ ਇੱਕ ਮਿੰਟ ਬਾਈ ਜਾਣ ਤੋਂ ਪਹਿਲਾਂ ਕੁਛ ਮੀਠਾ ਹੋ ਜਾਏ ਆ ਦਾਰੂ ਨੇ ਤੁਹਾਨੂੰ ਕੁਛ ਨੀ ਦੇਣਾ ਇਹਨੇ ਪਤਾ ਨੀ ਕਿੰਨੇ ਕਦੇ ਘਰ ਪੱਟਦੇ ਲੈ ਉਹ ਲੈ ਲੰਡੂ ਜਿਹਾ ਬੰਦਾ ਤੇ ਆਪਣੇ ਘਰੇ ਆਪਣੇ ਨੇ ਬਾਈ ਕਰੀ ਜਾਂਦਾ ਆਪਣੀ ਬੇਇੱਜ਼ਤੀ ਕਿੱਡੀ ਵੱਡੀ ਗੱਲ ਹੈ ਯਾਰ ਬਹਿ ਜਾ ਹੁਣ ਰੁਕ ਜਾ ਬਾਈ ਮੈਂ ਜਾਂਦਾ ਦੀ ਭੈਣ ਨੂੰ ਚੁੱਪ ਜੋ ਮਰਜ਼ੀ ਹੋ ਜੇ ਬਾ ਗਾ ਨਹੀਂ ਕੱਢਣੀ ਬਾਈ ਸਖਾਈਏ ਇਹਨੂੰ ਸਬਕ ਬਈ ਯਾਰ ਸਖਾਈਏ ਬਾਈ ਸਖਾਈਏ ਸਬਕ ਬਾ ਕੋਈ ਗੱਲ ਨਹੀਂ ਸਬਕ ਤਾਂ ਇਹਨੂੰ ਆਪਾਂ ਸਿਖਾ ਦੇਣਾ ਬਸ ਸਵੇਰ ਤਾਂ ਚੜ੍ਹਨ ਦਿਓ ਆ ਜਾਓ ਲਾਈਏ ਇੱਕ ਹੋਰ ਪੈਗ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਕਿੱਧਰ ਮੂੰਹ ਚੱਕਿਆ ਤੇਰਾ ਕੀ ਮਤਲਬ ਅਸੀਂ ਜਿੱਧਰ ਮਰਜ਼ੀ ਜਾਈਏ ਉਹ ਤੂੰ ਜਿੱਥੇ ਮਰਜ਼ੀ ਜਾ ਇਹਨੂੰ ਕਿੱਥੇ ਲੈ ਕੇ ਚੱਲਿਆ ਉਹ ਮੇਰੇ ਘਰ ਵਾਲੀ ਹੈ ਇਹ ਮੇਰੇ ਨਾਲ ਹੀ ਜਾਊਗੀ ਤੇਰੇ ਘਰ ਵਾਲੀ ਹੈ ਉਹ ਮੇਰੇ ਘਰ ਵਾਲੀ ਹੈ ਮੈਂ ਵਿਆਹ ਕਰਾਇਆ ਦੇ ਨਾਲ ਪੁੱਛ ਲੈ ਚਾਹੇ ਮੇਰੇ ਦੋਸਤਾਂ ਨੂੰ ਹਾਂ ਇਹਦੇ ਵਿਆਹ ਵਾਲੇ ਸੀ ਲੁੱਟੀਆਂ ਪਾਈਆਂ ਯਾਰ ਯਾਰ ਤੂੰ ਸਾਡੀ ਭਾਬੀ ਲੈ ਚੱਲਿਆ ਹਾਂ ਓਏ ਬਾਲਾ ਨਾ ਬੋਲੋ ਮੈਂ ਥਾਣੇ ਰਾਫਟ ਲਿਖਾ ਦੇਣੀ ਆ ਕੱਲ ਵੀ ਦਾਰੂ ਪੀ ਕੇ ਹੁੱਲੜਬਾਜੀ ਕਰਦੇ ਰਹੇ ਉਹ ਤੂੰ ਥਾਣੇ ਰਾਫਟ ਤੇ ਚਾਹੇ ਜਾਂ ਚੰਡੀਗੜ੍ਹ ਰਾਫਟ ਤੇ ਪਹਿਲਾਂ ਸਾਡੇ ਪਿੰਡ ਦੇ ਸਰਪੰਚ ਕੋਲੇ ਚੱਲ ਉਹਨੂੰ ਸਾਰਾ ਪਤਾ ਵੀ ਇਹ ਕਿਹਦੇ ਘਰ ਵਾਲੀ ਆ ਚਲੋ ਤੁਸੀਂ ਕਰ ਲਓ ਪੰਚਾਇਤ ਇਕੱਠੀ ਆ ਜਾਓ ਚੱਲਦੇ ਆ ਮੇਰੇ ਘਰ ਵਾਲੀ ਤੁਸੀਂ ਯਾਰ ਆਪਦੇ ਘਰ ਵਾਲੀ ਦੱਸੀ ਜਾਂਦੇ ਹੋ ਮੇਰੇ ਘਰ ਵਾਲੀ ਜਿਹੜੀ ਗੱਲ ਕਰਨੀ ਆ ਪੰਚਾਇਤ 'ਚ ਗੱਲ ਕਰਦੇ ਆ ਬਾਈ ਚਲੋ ਪੰਚਾਇਤ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵਾਰ ਮੈਨੂੰ ਪਿੰਡ ਦਾ ਸਰਪੰਚ ਚੁਣਦੇ ਹੋ ਉਮੀਦ ਕਰਦਾ ਕਿ ਇਸ ਵਾਰੀ ਮੈਨੂੰ ਵੋਟਾਂ ਪਾਓਗੇ ਤੇ ਵੱਡੀ ਲੀਡ ਨੱਚ ਦਾਓਗੇ ਸੋ ਜਿਹੜੇ ਵੀ ਕੰਮ ਹੋਏ ਆਪਣੇ ਪਿੰਡ ਦੇ ਆਪਾਂ ਸਾਰੇ ਰਲ ਮਿਲ ਕੇ ਸਾਰੇ ਮਸਲੇ ਹੱਲ ਕੱਢਾਂਗੇ ਅਣਜਾਣ ਬੰਦਾ ਆਪਣੇ ਪਿੰਡ ਚ ਆ ਵੜਿਆ ਜੀ ਉਤੋਂ ਮੇਰੀ ਜਨਾਨੀ ਕੱਢ ਕੇ ਲੈ ਕੇ ਜਾ ਰਿਹਾ ਸਰਪੰਚ ਸਾਹਿਬ ਇਹ ਮੇਰੇ ਘਰ ਵਾਲੀ ਆ ਅਸੀਂ ਇੱਥੇ ਘੁੰਮਣ ਆਏ ਸੀਗੇ ਅਸੀਂ ਕਮਰਾ ਕਿਰਾਏ ਤੇ ਲਿਆ ਜੀ ਸਰਪੰਚ ਸਾਹਿਬ ਝੂਠ ਬੋਲਦਾ ਜੀ ਇਹ ਮੇਰੀ ਘਰ ਵਾਲੀ ਨੂੰ ਕੱਢ ਕੇ ਲੈ ਕੇ ਜਾ ਰਿਹਾ ਸੀਗਾ ਰਾਤੀ ਇਹ ਸਰਪੰਚ ਸਾਹਿਬ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਮੇਰੇ ਘਰ ਵਾਲੀ ਨੂੰ ਪੁੱਛ ਲਓ ਯੈਸ ਦਿਸ ਇਜ਼ ਮਾਈ ਹਸਬੰਡ ਇਹ ਬੰਦਾ ਝੂਠ ਬੋਲਦਾ ਹੈ ਸਰਪੰਚ ਸਾਹਿਬ ਆਪਸ ਰਲੇ ਹੋਏ ਨੇ ਜੀ ਤੁਹਾਨੂੰ ਮੇਰਾ ਘਰ ਪੱਟਣ ਨੂੰ ਤਿਆਰ ਨੇ ਸਰਪੰਚ ਸਾਹਿਬ ਚੁੱਪ ਸਾਲਾ ਝੂਠ ਬੋਲੀ ਜਾਣਾ ਤੇਰਾ ਵਹੀ ਨਹੀਂ ਹੋਇਆ
ਸਰਪੰਚ ਸਾਹਿਬ ਹੋਇਆ ਜੀ ਮੈਂ ਲਵ ਮੈਰਿਜ ਕਰਾਈ ਆ ਪੁੱਛ ਲਓ ਮੇਰੇ ਕੋਲ ਹੋਰ ਕੀ ਜੀ ਮੈਂ ਤਾਂ ਆਪ ਕੋਰਟ ਮੈਰਿਜ ਤੇ ਸਾਈਨ ਕਰਕੇ ਆਇਆ ਮੈਂ ਸਾਡੇ ਬਾਈ ਨੇ ਲਵ ਮੈਰਿਜ ਕਰਾਈ ਆ ਸਰਪੰਚ ਸਾਹਿਬ ਸਾਸੀ ਕਾਲ ਭਾਨਿਆ ਕੀ ਹਾਲ ਹੈ ਠੀਕ ਹੈ ਸਰਪੰਚ ਸਾਹਿਬ ਵੋਟਾਂ ਆਉਣ ਵਾਲੀਆਂ ਮਹੀਨੇ ਕ ਤੱਕ ਤੇ ਦਾਰੂ ਤਾਂ ਭੁੱਖੀ ਪਹਿਲੇ ਹੀ ਸਟਿਆ ਲਿਓ ਆ ਗਿਆ ਸਰਪੰਚ ਸਾਹਿਬ ਜਿਹਨੇ ਸਾਨੂੰ ਕਿਰਾਏ ਤੇ ਕਮਰਾ ਦਿੱਤਾ ਸੀ ਓਏ ਹਾਂ ਵੀ ਭਾਨਿਆ ਕਿ ਗੱਲ ਦੱਸ ਹਾਂਜੀ ਉਹ ਪਿੰਡ 'ਚ ਗੱਪ ਬਹੁਤ ਮਾਰਦਾ ਬਹੁਤ ਮਸ਼ਹੂਰ ਆ ਤੂੰ ਗੱਪ ਮਾਰਨ ਚ ਲੈ ਜੀ ਮੈਂ ਤਾਂ ਗੱਪ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ ਸਾਰੇ ਪਿੰਡ ਨੂੰ ਪਤਾ ਵੀ ਮੈਂ ਤਾਂ ਜਿੱਦੇ ਬੋਲਦੇ ਸੱਚ ਬੋਲਦੇ ਲੈ ਮੈਨੂੰ ਇੱਕ ਗੱਲ ਸੱਚ ਦੱਸ ਦੇ ਹੈ ਕਮਰਾ ਕਿਰਾਏ ਤੇ ਤੈਂ ਦਿੱਤਾ ਸੀ ਜੇ ਸਾਲਾ ਸੱਚ ਬੋਲਦਾ ਤਾਂ 1000 ਰੁਪਇਆ ਜੀਤ ਨੇ ਮੰਗ ਲੈਣੇ ਆ ਉਹਨਾਂ ਦੇ ਤਾਂ ਮੈਂ ਖਾ ਬੈਠਾ ਜੋਜੇ ਓ ਜੇ ਗੱਪ ਮਾਰਦਾ ਤਾਂ ਛਾਲਾ ਮੇਰਾ ਇਸ ਮੁੰਡੇ ਦਾ ਜਾਊਗਾ ਘਰ ਪੱਟਿਆ ਯਾਰ ਗੱਪ ਦਾ ਬਹੁਤ ਬੋਲਿਆ ਅੱਜ ਸੱਚ ਹੀ ਬੋਲ ਦਿੰਦੇ ਆ ਦੇਖੀ ਜਾਓ ਹਾਂਜੀ ਹਾਂ ਸਰਪੰਚ ਸਾਹਿਬ ਮੈਂ ਹੀ ਦਿੱਤਾ ਕਮਰਾ ਕਿਰਾਏ ਤੇ ਨਾ ਤੂੰ ਕੌਣ ਹੁੰਦਾ ਕਿਰਾਏ ਤੇ ਕਮਰਾ ਦੇਣ ਵਾਲਾ ਘਰ ਸਾਡਾ ਦਾ ਤੂੰ ਕੌਣ ਹੁੰਦਾ ਉਹ ਮੈਨੂੰ ਤੇਰੇ ਬਾਪੂ ਨੇ ਕਿਹਾ ਸੀ ਕੀ ਕਿਹਾ ਸੀ ਉਹ ਕਹਿੰਦਾ ਦੇ ਦੇ ਕਮਰਾ ਕਿਰਾਏ ਤੇ ਪ੍ਰਤੀਅੱਛੀ ਬੰਦੇ ਆ ਕੋਈ ਗੱਲ ਨਹੀਂ ਮੈਂ ਹੁਣੇ ਪੁੱਛ ਲੈਣਾ ਕਰ ਬਾਈ ਤਾਏ ਨੂੰ ਫੋਨ ਕਰ ਹੈਲੋ ਹੈਲੋ ਕਿੱਥੇ ਆ ਓਏ ਹਾਂ ਮੁੰਡਿਆ ਕੀ ਹਾਲ ਆ ਕਿੱਥੇ ਆ ਉਹ ਮੈਂ ਤਾਂ ਇੱਥੇ ਆਇਆ ਸੀਗਾ ਸੰਗਰੂਰ ਮੰਤਰੀ ਸਾਹਿਬ ਕੋਲ ਮੀਟਿੰਗ ਕਰਨ ਭਾਨੇ ਨੂੰ ਤੂੰ ਕਿਹਾ ਸੀਗਾ ਵੀ ਕਿਰਾਏ ਤੇ ਘਰ ਦੇ ਦੀ ਉਹ ਮੈਂ ਤਾਂ ਇਹੋ ਜਿਹੇ ਕੰਮ ਦੀ ਧਾਰਨੀ ਮਾਰਦਾ ਜਣਾ ਖਣਾ ਮੇਰੇ ਤੇ ਦੂਸਰ ਲਾਈ ਜਾਂਦਾ ਓਏ ਬਲਿੰਦਰ ਇੱਕ ਤਾਂ ਘਰ ਕਿਰਾਏ ਤੇ ਦਿੱਤਾ ਉੱਤੋਂ ਜਨਾਨੀ ਕੱਢ ਕੇ ਲੈ ਕੇ ਜਾ ਰਿਹਾ ਇਹ ਭਾਨਾ ਇਹਦਾ ਬਾਜੇ ਬੇੜਾ ਕੰਜਰ ਦੇ ਦਾ ਇਹੋ ਜਿਹੇ ਦਾ ਕਰਾ ਗੱਲ ਇਹਦੇ ਨਾਲ ਮੇਰੀ ਆਲਾ ਗੱਲ ਕਰ ਆਲਾ ਭਾਨੇ ਗੱਲ ਕਰ ਹੈਲੋ ਜੀਤੂ ਹੈਲੋ ਸਤਿ ਸ਼੍ਰੀ ਅਕਾਲ ਭਾਨਾ ਬੋਲਦਾ ਹਾਂ ਭਾਨੇ ਓ ਯਾਰ ਮੈਂ ਪੰਚਾਇਤ ਚ ਬੈਠਾ ਮੈਂ ਇੱਕ ਗੱਪ ਠੋਕ ਬੈਠਾ ਯਾਰ ਇੱਥੇ ਤੇ ਬਚਿਆ ਲਿਆ ਅੱਛਾ ਗੱਪ ਵੱਜ ਗਿਆ ਉਹ ਕੰਜਰਾ ਤੈਨੂੰ ਕਿੰਨੇ ਵਾਰੀ ਕਿਹਾ ਵੀ ਗੱਪ ਦੇਖ ਕੇ ਮਾਰਿਆ ਕਰ ਚੱਲ ਕੋਈ ਨਾ ਕਰਾ ਮੇਰੀ ਕਿਹਦੇ ਨਾਲ ਗੱਲ ਕਰਾਉਣਾ ਗੱਲ ਐ ਲੈ ਬੇ ਸਰਪੰਚ ਨਾਲ ਕਰਾਉਣਾ ਗੱਲ ਲੈ ਸਰਪੰਚ ਆਪ ਕਰੋ ਗੱਲ ਲੈ ਲੈ ਕਰਾ ਇਹ ਓਏ ਹਾਂ ਵੀ ਜੀਤ ਕਿਵੇਂ ਆ ਉਹ ਮੈਨੂੰ ਗੱਲ ਦੱਸ ਇੱਕ ਯਾਰ ਆ ਕਮਰਾ ਇਹਨਾਂ ਨੂੰ ਕਿਰਾਏ ਤੇ ਤੈਂ ਦਿੱਤਾ ਸੀ ਹਾਂਜੀ ਸਰਪੰਚ ਸਾਹਿਬ ਮੈਂ ਹੀ ਕਿਹਾ ਸੀਗਾ ਭਾਨੇ ਨੂੰ ਕਮਰਾ ਕਿਰਾਏ ਤੇ ਦੇਣ ਨੂੰ ਪਰ ਆਹ ਜਿਹੜਾ ਜਨਾਨੀ ਕੱਢ ਕੇ ਲੈ ਕੇ ਜਾ ਰਿਹਾ ਇਹ ਬਹੁਤ ਮਾੜੀ ਗੱਲ ਹੈ ਸਾਲਾ ਸਮਝ ਨਹੀਂ ਆਉਂਦਾ ਭਾਨਾ ਸੱਚ ਬੋਲਦਾ ਜੀਤ ਸੱਚ ਬੋਲਦਾ ਕਿ ਇਹ ਸੱਚ ਬੋਲਦਾ ਸਾਲੇ ਹੈ ਤਿੰਨੋ ਗੱਪੀ ਹਾਂ ਵੀ ਮੁੰਡਿਆ ਤੂੰ ਸਰਪੰਚ ਸਾਹਿਬ ਦੇਖਿਓ ਕਿਤੇ ਕੋਈ ਗਲਤ ਫੈਸਲਾ ਨਾ ਸੁਣਾ ਦਿਓ ਮੂਹਰੇ ਵੋਟਾਂ ਆ ਰਹੀਆਂ ਨੇ ਇਹਨੂੰ ਪਿੰਡ 'ਚ ਹੀ ਰੱਖ ਲਓ ਨਾਲੇ ਛਣ ਛਣ ਹੋਇਆ ਕਰੂ ਪਿੱਛੇ ਨਿਗਾਹ ਮਾਰ ਕੇ ਦੇਖੋ ਸਾਰੇ ਪਿੰਡ ਵਾਲੇ ਕਿਵੇਂ ਖੁਸ਼ ਨੇ ਜੀ ਲੱਗਿਆ ਰਹੂ ਪਿੰਡ ਵਾਲਿਆਂ ਦਾ ਕਿਉਂ ਪਿੰਡ ਵਾਲੇ ਠੀਕ ਆ ਚੰਗਾ ਜੀ ਮੁੰਡਿਆ ਇਹ ਪਿੰਡ 'ਚੋਂ ਦਫ਼ਾ ਆ ਜਾ ਹੁਣ ਮੇਰੀ ਨਜ਼ਰ ਨਾ ਪਈ ਜੀ ਮੁੜ ਕੇ ਜੇ ਕਿਤੇ ਦੇਖ ਲਿਆ ਪੁਲਿਸ ਨੂੰ ਝੁਕਾ ਦੇਣਾ ਮੈਂ ਚੰਗਾ ਜੀ ਪਿੰਡ ਵਾਲਿਓ ਖੁਸ਼ ਹੋ ਸਾਰੇ ਹਾਂਜੀ ਹਾਂਜੀ ਵੋਟਾਂ ਆਉਣ ਵਾਲੇ ਨੇ ਵੋਟਾਂ ਮੈਨੂੰ ਹੀ ਪਾਉਣੀਆਂ ਨੇ ਬੇਫਿਕਰ ਹੋ ਜੇ ਪਿਛਲੇ ਵਾਰੀ ਵੀ ਪੂਰਾ ਜ਼ੋਰ ਲਾਇਆ ਸੱਚ ਮੇਰੀ ਗੱਲ ਸੁਣਿਆ ਭੁੱਕੀ ਮੰਗਾ ਲਿਆ ਹਾਂਜੀ ਐਵੇਂ ਘਰ ਛੱਡ ਕੇ ਭੱਜਣ ਲੱਗੇ ਤੇ ਮਾੜੀਆਂ ਮਾੜੀਆਂ ਗੱਲਾਂ ਵਿੱਚ ਹੈ ਠੀਕ ਹੈ ਨਾ ਹੈਲੋ ਬਾਈ ਆ ਜਾ ਆ ਲੈ ਜਾ ਆਪਦੀ ਅਮਾਨਤ ਅਸੀਂ ਨੇ ਕੀ ਕਰਨਾ ਉਹ ਬਾਈ ਯਾਰ ਕਿਆ ਸਾਰਾ ਕੁਝ ਕਰਨਾ ਇਹ ਤਾਂ ਡਰਾਮਾ ਕਿਉਂ ਕੀਤਾ ਬਾਈ ਇਹ ਤਾਂ ਤੈਨੂੰ ਸਬਕ ਸਿਖਾਉਣ ਲਈ ਕੀਤਾ ਸੀ ਅਸੀਂ ਕਿਹੜਾ ਸਬਕ ਉਹ ਨਾਲੇ ਬਾਈ ਅਸੀਂ ਰੋਜ਼ ਦਾਰੂ ਨਹੀਂ ਪੀਂਦੇ ਉਹ ਤਾਂ ਰਾਤ ਬਾਈ ਦਾ ਬਰਥਡੇ ਸੀ ਤਾਂ ਸਾਨੂੰ ਦਾਰੂ ਪੀਣੀ ਪੈ ਗਈ ਨਾਲੇ ਜੇ ਕਰਨਾ ਹੁੰਦਾ ਕੁਝ ਅਸੀਂ ਰਾਤ ਹੀ ਕਰ ਦੇਣਾ ਸੀ ਉਹ ਨਾਲੇ ਇੱਕ ਗੱਲ ਹੋਰ ਆ ਬਾਈ ਆ ਇਕੱਲੀ ਦਾਰੂ ਨਹੀਂ ਘਰ ਪੱਟਦੀ ਘਰ ਪੱਟ ਦੇਣਗੇ ਭ੍ਰਿਸ਼ਟ ਲੀਡਰ ਤੇ ਪਖੰਡੀ ਸਾਧ ਰਿਸ਼ਵਤ ਖੋਰ ਪੁਲਿਸ ਵਾਲੇ ਤੇ ਘਰ ਪੱਟਦੇ ਨੇ ਉਹ ਜੱਜ ਜਿਹੜੇ ਥੋੜੇ ਜਿਹੇ ਪੈਸਿਆਂ ਦੇ ਲਈ ਗਲਤ ਫੈਸਲਾ ਸੁਣਾ ਕੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦਿੰਦੇ ਨੇਗੇ ਸੌਰੀ ਬਾਈ ਯਾਰ ਹੋ ਕੋਈ ਗੱਲ ਨਹੀਂ ਯਾਰ ਵੈਲਕਮ ਟੂ ਮਾਈ ਵਿਲੇਜ ਨਜ਼ਾਰੇ ਲਓ ਚੰਗਾ ਭਾਬੀ ਜੀ ਸਤਿ ਸ਼੍ਰੀ ਅਕਾਲ ਓਏ ਭਾਬੀ ਤੇਰੀ ਇਹ ਨਹੀਂ ਭਾਬੀ ਤਾਂ ਤੇਰੀ ਵੇਟ ਕਰ ਰਹੀ ਹੋਣੀ ਮੇਰਾ ਮੈਂ ਤਾਂ ਚੱਲਿਆ ਯਾਰ ਮਾਰ ਫੋਨ ਫਿਰ